ਰਿਹਾ ਤੇ ਕਿਹੜੀ ਮੰਗਾਂ ਨੂੰ ਲੈ ਕੇ ਅੱਜ ਪ੍ਰੋਟੈਸਟ ਕਰ ਰਹੇ ਹੋ ਇੱਥੇ? ਮੇਰਾ ਨਾਮ ਸੱਜਣ ਸਿੰਘ ਆ, ਮੁਲਾਜ਼ਮਾਂ ਦੀ ਫੈਡਰੇਸ਼ਨ ਦਾ ਚੇਅਰਮੈਨ ਆ ਤੇ ਆਸ਼ਾ ਵਰਕਰਾਂ ਦਾ ਵੀ ਸਲਾਹਕਾਰ। ਇਹ ਜਿਹੜੀ ਆਸ਼ਾ ਵਰਕਰਾਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ, ਬਹੁਤ ਜ਼ਿਆਦਾ ਧੱਕਾ ਹੋ ਰਿਹਾ। 40,000 ਪਿੰਡਾਂ ਦੀ ਇਹਨਾਂ ਨੂੰ ਜ਼ਿੰਮੇਵਾਰੀ, 48 ਕੰਮਾਂ ਦੀ, 40,000 ਪਿੰਡਾਂ ਦੀ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੋਈ ਹੈ। 48 ਕੰਮਾਂ ਦੇ ਬਾਰੇ 'ਚ ਇਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਪਰ ਮੰਥ 24 ਘੰਟੇ ਇਹ ਬੰਨੀਆਂ ਰਹਿੰਦੀਆਂ ਉਹ 48 ਜ਼ਿੰਮੇਵਾਰੀਆਂ ਦੇ ਨਾਲ। ਕਿਸੇ ਵੇਲੇ ਫਰੀ ਨਹੀਂ ਹੁੰਦੀਆਂ, ਕੋਈ ਛੁੱਟੀ ਨਹੀਂ ਕਰ ਸਕਦੀਆਂ, ਕਿਸੇ ਵੇਲੇ 24 ਘੰਟੇ 'ਚ ਫਰੀ ਨਹੀਂ ਹੋ ਸਕਦੀਆਂ, ਕਿਸੇ ਵੇਲੇ ਵੀ ਕੋਈ ਬਿਮਾਰ ਪਿੰਡ ਦਾ ਬੰਦਾ ਆ ਸਕਦਾ, ਕਿਸੇ ਵੇਲੇ ਵੀ ਕੋਈ ਜਣੇਪੇ ਵਾਲੀ ਔਰਤ ਆ ਸਕਦੀ ਆ, ਉਸੇ ਵੇਲੇ ਇਹਨਾਂ ਨੂੰ ਉਹਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ। ਕਿਸੇ 24 ਘੰਟੇ 'ਚ ਇੱਕ ਮਿੰਟ ਵੀ ਫਰੀ ਨਹੀਂ ਸਮਝ ਸਕਦੀਆਂ ਆਪਣੇ ਆਪ ਨੂੰ, ਜਦੋਂ ਕਿ 8 ਘੰਟੇ ਕੰਮ ਕਰਨ ਵਾਲੇ, 6 ਘੰਟੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੱਡੀਆਂ ਤਨਖਾਹਾਂ ਮਿਲਦੀਆਂ, ਇਹਨਾਂ ਨੂੰ ਨਾ ਮਾਤਰ ਜਿਹੜਾ ਮੁਆਵਜ਼ਾ ਉਹ ਦੇ ਕੇ ਸਰਕਾਰ ਇਹਨਾਂ ਕੋਲੋਂ 40,000 ਪਿੰਡਾਂ ਦੇ ਵਿੱਚ ਕੰਮ ਦੇ ਰਹੇ, ਕਿਉਂਕਿ ਬੜਾ ਧੱਕਾ ਇਹਨਾਂ ਦੇ ਨਾਲ। ਮਿਨੀਮਮ ਵੇਜ 'ਤੇ ਘੱਟ ਕਿਸੇ ਨੂੰ ਦਿੱਤਾ ਹੀ ਨਹੀਂ ਜਾ ਸਕਦਾ, ਰੇਟ 'ਤੇ ਘੱਟ ਕਿਸੇ ਨੂੰ ਦਿੱਤਾ ਹੀ ਨਹੀਂ ਜਾ ਸਕਦਾ। ਲੇਬਰ ਐਕਟ ਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਕਿ ਜਿਹੜਾ ਕਿਸੇ ਵੀ ਵਰਕਰ ਨੂੰ ਅਤੇ ਜਿਹੜਾ ਇਸ ਐਕਟ 'ਤੇ ਘੱਟ ਤਨਖਾਹ ਦੇਵੇਗਾ, ਮਿਨੀਮਮ ਵੇਜ 'ਤੇ ਘੱਟ ਤਨਖਾਹ ਦੇਵੇਗਾ ਅਤੇ ਉਸ ਨੂੰ ਸਜ਼ਾ ਹੋ ਸਕਦੀ ਹੈ, 3 ਸਾਲ ਦੀ ਕੈਦ ਹੋ ਸਕਦੀ ਹੈ। ਪਰ ਮੋਦੀ ਸਰਕਾਰ ਇਹ ਆਪ ਹੀ ਅਨਾਊਂਸ ਕਰੀ ਜਾਂਦੀ ਆ, ਪਾਰਲੀਮੈਂਟ 'ਚ ਪਾਸ ਕੀਤੇ ਐਕਟ ਨੂੰ ਸੁਪਰਸੀਡ ਕਰੀ ਜਾਂਦੀ ਹੈ, ਸੋ ਇਹ ਲੜਾਈ ਸ਼ੁਰੂ ਹੋਈ ਹੈ। ਕੁੜੀਆਂ ਦੀ ਮੰਗ ਆ ਕਿ ਸਾਨੂੰ ਘੱਟੋ ਘੱਟ ਜਿਹੜਾ ਕਲਾਸ ਰੂਮ ਦਾ 18,000 ਦਾ ਸਕੇਲ ਆ ਉਹ ਦਿੱਤਾ ਜਾਵੇ, ਫੈਸੀਲੇਟਰ ਨੂੰ 25,000 ਰੁਪਈਆ ਦਿੱਤਾ ਜਾਵੇ। ਇਹ ਸਾਰੀ ਮੰਗ ਦੇ ਲਈ ਲੜ ਰਹੀ ਹੈ। ਜੇ ਅੱਜ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ ਦਾ ਉੱਥੇ ਦਾ ਕੌਂਸਲਰ ਸੀਗਾ, ਇੱਥੇ ਦਾ ਨੁਮਾਇੰਦਾ ਸੀ ਭੇਜਿਆ ਹੋਇਆ, ਉਸ ਨੇ ਘਰ ਵਾਲੀ ਆਪਣੇ ਘਰ ਰੱਖੀ ਕੁੜੀ ਨੂੰ ਥੋੜ੍ਹੀ ਤਨਖਾਹ ਦਿੱਤੀ, ਉਸ 'ਤੇ ਕੇਸ ਦਰਜ ਹੋ ਗਿਆ ਸੀ। ਭਾਰਤ ਨੇ ਬੜੀ ਔਖਾ ਛੜਾਇਆ ਸੀ ਉਸ ਨੂੰ, ਜਿਹੜਾ ਪੋਲੀਟੀਕਲ ਤੌਰ 'ਤੇ ਇੱਥੋਂ ਭੇਜਿਆ ਜਾਂਦਾ ਨੁਮਾਇੰਦਾ ਆਪਣਾ, ਬੜਾ ਔਖਾ ਛੜਾਇਆ ਸੀ ਉਹ ਕੇਸ, ਬੜਾ ਔਖਾ ਨਿਬੜਿਆ ਸੀ ਕਿ ਘੱਟ ਕਿਉਂ ਤਨਖਾਹ ਦਿੱਤੀ ਜਾ ਰਹੀ ਹੈ। ਅੱਜ 40,000 ਵਰਕਰ ਨੂੰ ਘੱਟ ਤਨਖਾਹ ਦਿੱਤੀ, ਕੁਝ ਵੀ ਨਹੀਂ ਦਿੱਤਾ ਜਾ ਰਿਹਾ, 24 ਘੰਟੇ ਕੰਮ ਲਿੱਤਾ ਜਾ ਰਿਹਾ। ਇਸ ਗੱਲ ਨੂੰ ਤੁਸੀਂ ਮੁੱਖ ਮੰਤਰੀ ਨਾਲ ਗੱਲ ਹੋਈ ਸੀ ਤੁਹਾਡੀ ਕੁਝ? ਮੁੱਖ ਮੰਤਰੀ ਤਾਂ ਮਿਲਦਾ ਹੀ ਨਹੀਂ ਕਿਸੇ, ਜਿੱਦਣ ਦਾ ਬਣਿਆ ਅੱਜ ਤੱਕ ਕਿਸੇ ਜਥੇਬੰਦੀ ਤੋਂ ਉਹਨੇ ਸ਼ਕਲ ਨਹੀਂ ਦਿਖਾਈ। ਜਦੋਂ ਕਿ ਚੋਣਾਂ ਤੋਂ ਪਹਿਲਾਂ ਲਗਾਤਾਰ ਕਹਿੰਦਾ ਰਿਹਾ, ਆਸ਼ਾ ਵਰਕਰਾਂ ਨੂੰ ਵੀ ਵਿਸ਼ਵਾਸ ਦਿਵਾਉਂਦਾ ਰਿਹਾ, ਉਹਨਾਂ ਦੀਆਂ ਰੈਲੀਆਂ 'ਚ ਜਾ ਕੇ ਵਿਸ਼ਵਾਸ ਦਿਵਾਉਂਦਾ ਰਿਹਾ, ਮੁਲਾਜ਼ਮਾਂ ਦੀਆਂ ਰੈਲੀਆਂ 'ਚ ਜਾ ਕੇ ਵਿਸ਼ਵਾਸ ਦਿਵਾਉਂਦਾ ਰਿਹਾ। ਮੁਲਾਜ਼ਮਾਂ ਨੇ ਤਾਂ ਬਹੁਤ ਵੱਡੀਆਂ ਮੰਗਾਂ ਜਿਹੜੀਆਂ ਨੇ ਦੱਬੀਆਂ ਹੋਈਆਂ, ਚਾਰ DA ਦੀਆਂ ਕਿਸ਼ਤਾਂ ਨਹੀਂ ਮਿਲ ਰਹੀਆਂ, ਕਿਸੇ ਤਰ੍ਹਾਂ ਜਿਹੜੀਆਂ ਪੇ ਕਾਨੂੰਨ ਦੀ ਰਿਪੋਰਟ ਦਾ ਕੋਤਾ ਪਤਾ ਹੀ ਨਹੀਂ ਲੱਗ ਰਿਹਾ। ਹੁਣ ਸੈਂਟਰ ਦੇ ਸਕੇਲ ਦੇਣ ਦੀ ਨਵੇਂ ਮੁਲਾਜ਼ਮਾਂ ਨੂੰ ਗੱਲ ਕਰ ਰਿਹਾ, ਜਿਹੜਾ ਕਿ ਬਿਲਕੁਲ ਹੀ ਗੈਰ ਕਾਨੂੰਨੀ ਆ, ਜੋ ਪਹਿਲਾਂ ਫੈਸਲੇ ਕੀਤੇ ਸਾਰੇ ਉਹਨੇ ਤੋੜ ਦਿੱਤੇ ਗਏ ਆ, ਸੋ ਇਸ ਕਰਕੇ ਮੁਲਾਜ਼ਮ ਆ ਜਿਹੜੇ ਬਹੁਤ। ਕੀ ਨਾਮ ਹੈ ਜੀ ਤੁਹਾਡੀਆਂ, ਕਿਹੜੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹੋ? ਮੈਂ ਦੁਰਗੋ ਬਾਈ, ਆਸ਼ਾ ਵਰਕਰ, ਕਾਰਜਕਾਰੀ ਪ੍ਰਧਾਨ ਪੰਜਾਬ। ਅਸੀਂ ਆਸ਼ਾ ਵਰਕਰ 10 ਸਾਲ ਤੋਂ ਕੰਮ ਕਰ ਰਹੇ ਹਾਂ। ਸਾਡੀ ਮੰਗ ਹੈ ਕਿ ਸਾਡਾ ਵੱਜਵਾਂ ਮਾਣ ਪੱਤਾ ਉਜਰਤ ਕਾਨੂੰਨ ਮੁਤਾਬਕ ਲਾਗੂ ਕੀਤਾ ਜਾਵੇ। ਅਸੀਂ 24 ਘੰਟੇ ਫੀਲਡ ਵਿੱਚ ਕੰਮ ਕਰਦੇ ਹਾਂ, ਸਾਨੂੰ ਕੋਈ ਵੱਜਵੀਂ ਤਨਖਾਹ ਨਹੀਂ ਦਿੱਤੀ ਜਾਂਦੀ, ਜਦਕਿ ਸਾਡਾ ਫੀਲਡ ਦੇ ਵਿੱਚ 24 ਘੰਟਿਆਂ ਦੇ ਵਿੱਚ ਕੋਈ ਸਮਾਂ ਨਹੀਂ ਕਿ ਅਸੀਂ ਕੋਈ, ਸਾਡੇ ਲਈ ਛੁੱਟੀ ਨਹੀਂ, ਕੋਈ ਸਾਡੀ ਹਾਜ਼ਰੀ ਨਹੀਂ, ਸਾਨੂੰ ਜੋ ਬਣਦਾ ਕੰਮ ਦਾ ਨਹੀਂ ਦਿੱਤਾ ਜਾਂਦਾ। ਸਮਾਜ ਦੇ ਵਿੱਚ ਜੋ ਖਤਰਨਾਕ ਬਿਮਾਰੀਆਂ, TB ਵਗੈਰਾ, ਕੈਂਸਰ, ਹੈਪਾਟਾਈਟਸ B ਹੋ ਗਿਆ, ਇਹ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਲੋਕਾਂ ਨੂੰ ਅਸੀਂ ਰਾਹਤ ਵੀ ਦਿਵਾਉਂਦੇ ਹਾਂ, ਅਤੇ ਸਾਡਾ ਸਰਕਾਰ ਵੱਲੋਂ ਕੋਈ ਵੱਜਵਾਂ ਮਾਣ ਪੱਤਾ ਨਹੀਂ ਲਾਗੂ ਕੀਤਾ ਗਿਆ। ਸਾਡੀ ਮੰਗ ਇੱਕ ਹੀ ਹੈ ਕਿ ਸਾਨੂੰ ਉਜਰਤ ਕਾਨੂੰਨ ਮੁਤਾਬਕ ਜੋ ਬਰਾਬਰ ਕੰਮ ਅਤੇ ਬਰਾਬਰ ਉਜਰਤ ਦਾ ਕਾਨੂੰਨ ਪਾਸ ਕੀਤਾ ਗਿਆ ਉਸ ਦਾਇਰੇ ਵਿੱਚ ਲਿਆਂਦਾ ਜਾਵੇ, ਅਤੇ ਅਸੀਂ ਆਪਣੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਸਾਡਾ ਇਸੇ ਤਰ੍ਹਾਂ ਚੱਲਦਾ। ਤੁਸੀਂ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਜਾਂ ਕੋਈ ਮੰਤਰੀ ਨਾਲ ਮੁਲਾਕਾਤ ਕੀਤੀ ਹੈ? ਨਹੀਂ ਜੀ, ਸਾਨੂੰ, ਅਸੀਂ ਮੰਤਰੀ ਕੋਲ ਕਈ ਵਾਰ ਸਮਾਂ ਮੰਗਿਆ ਕਿ ਸਾਡੇ ਨਾਲ ਗੱਲਬਾਤ ਕਰਨ ਦਾ ਟਾਈਮ ਦਿੱਤਾ ਜਾਵੇ ਮੀਟਿੰਗ ਦਾ, ਪਰ ਸਾਨੂੰ ਮੰਤਰੀ ਨੇ ਸਮਾਂ ਨਹੀਂ ਦਿੱਤਾ ਕਿ ਸਾਡੇ ਨਾਲ ਕੋਈ ਸਾਡੀਆਂ ਮੁਸ਼ਕਲਾਂ 'ਤੇ ਗੱਲਬਾਤ ਵਿਚਾਰ ਕੀਤਾ ਜਾਵੇ। ਅਗਰ ਸਰਕਾਰ ਤੁਹਾਡੀਆਂ ਮੰਗਾਂ ਨਾ ਪੂਰੀਆਂ, ਕੀ ਰਣਨੀਤੀ ਰਹੇਗੀ ਤੁਹਾਡੀ? ਸਾਡੀ ਰਣਨੀਤੀ ਇਸ ਤੋਂ ਸੰਘਰਸ਼ ਹੋਰ ਤੇਜ਼ ਕਰਾਂਗੇ, ਜੋ ਸਾਡਾ ਅੱਜ ਦਾ ਏਜੰਡਾ ਹੈ ਅਸੀਂ ਇਸ ਨਾਲੋਂ ਵੀ ਹੋਰ ਵੱਧ ਕੇ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਆ ਕੇ ਅਤੇ ਸਰਕਾਰ ਦਾ ਨੱਕ ਇਕਦਮ ਕਰਾਂਗੇ।